ਪੰਥ ਦੇ ਨਾਲ ਜਿਹੜੇ ਧਾਰਮਿਕ ਮਸਲੇ ਜੁੜੇ ਸਨ ਉਹਨਾਂ ਨੂੰ ਲੈ ਕੇ ਬੜੇ ਗੰਭੀਰ ਇਲਜ਼ਾਮ ਲਾਏ ਗਏ ਹਨ ਅਤੇ ਬਹੁਤ ਸਨਸਨੀਖੇਜ ਖੁਲਾਸੇ ਵੀ ਕੀਤੇ ਗਏ ਨੇ। ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਪੈਰੋਕਾਰ ਗੁਰੂ ਨਾਨਕ ਨਾਮਲੇਵਾ ਸੰਗਤ ਇਨਸਾਫ ਦੀ ਮੰਗ ਕਰਦੀ ਆ ਰਹੀ ਹੈ, ਲੇਕਿਨ ਇਨਸਾਫ ਤਾਂ ਹਜੇ ਤੱਕ ਨਹੀਂ ਮਿਲਿਆ। ਪਰ ਆਪਾਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਜਿਹੜਾ ਡੇਰਾ ਸਰਸਾ ਹੈ ਉਸਦੇ ਜਿਹੜੇ ਰਹਿ ਚੁੱਕੇ ਸਿਆਸੀ ਜਿਹੜੇ ਮੁਖੀ ਸਨ ਸ਼੍ਰੀ ਪ੍ਰਦੀਪ ਕਲੇਰ, ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਡੇਰਾ ਸਰਸਾ ਦੇ ਮੁਖੀ ਨੇ ਜਿਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਛੇਕਿਆ ਗਿਆ ਸੀ, ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਦੇ ਨਾਲ ਕੋਈ ਵੀ ਸਿੱਖ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਰੱਖੂਗਾ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਉਸਦਾ ਬਾਈਕਾਟ ਵੀ ਕਰਨ ਦਾ ਸਿੰਘ ਸਾਹਿਬ ਵੱਲੋਂ ਆਖਿਆ ਗਿਆ ਸੀ। ਪਰ ਸ਼੍ਰੀ ਪ੍ਰਦੀਪ ਕਲੇਰ ਆਖ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਡੇਰਾ ਮੁਖੀ ਨੂੰ ਕਈ ਦਫਾ ਮਿਲੇ, ਬਹੁਤ ਗੰਭੀਰ ਇਹ ਮਸਲਾ ਹੈ ਸਿੱਖ ਪੰਥ ਵਾਸਤੇ ਪੰਜਾਬ ਲਈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਹੀ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਤਾਂ ਕੀ ਕਰਨੀ ਸੀ, ਉਹਦੇ ਉਲਟ ਜਾ ਕੇ ਉਹਦੇ ਨਾਲ ਗੰਢ ਧੁੱਪ ਕਰਦੇ ਰਹੇ, ਉਹਦੇ ਨਾਲ ਵੋਟਾਂ ਖਾਤਰ ਆਪਣੀ ਮੀਟਿੰਗਾਂ ਕਰਦੇ ਰਹੇ ਤੇ ਆਪਾਂ ਸਮਝ ਸਕਦੇ ਹਾਂ ਕਿ ਅੱਜ ਜਿਹੜੀ ਇਹ ਲੀਡਰਸ਼ਿਪ ਆ ਕਿੱਥੇ ਖੜੀ ਆ। ਸਾਰੇ ਸਿੱਖ ਜਗਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਕਿ ਜਿਹੜੇ ਖੁਲਾਸੇ ਸ਼੍ਰੀ ਪ੍ਰਦੀਪ ਕਲੇਰ ਨੇ ਕੀਤੇ ਨੇ ਉਸ ਵਿੱਚ ਇਹ ਬੜਾ ਸਾਫ਼ ਤਰੀਕੇ ਨਾਲ ਸਾਬਤ ਹੋ ਰਿਹਾ ਕਿ ਸੁਖਬੀਰ ਸਿੰਘ ਬਾਦਲ ਕਈ ਦਫਾ ਕਈ ਵਾਰ ਕਈ ਸਥਾਨਾਂ ਤੇ ਉਹ ਡੇਰਾ ਮੁਖੀ ਨੂੰ ਮਿਲੇ। ਉਹ ਡੇਰਾ ਮੁਖੀ ਜਿਸ ਦਾ ਸੰਬੰਧ ਬੇਅਦਬੀ ਕਰਾਉਣ ਵਿੱਚ ਸਿੱਧੇ ਤੌਰ ਤੇ ਸਾਬਤ ਹੋ ਗਿਆ, ਜਿਸ ਦੇ ਪ੍ਰੇਮੀਆਂ ਨੇ ਪੈਰੋਕਾਰਾਂ ਨੇ ਉਸ ਤੋਂ ਹੁਕਮ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਉਸ ਤੋਂ ਬਾਅਦ ਬਰਗਾੜੀ ਵਿੱਚ ਹੋਇਆ, ਉਸ ਤੋਂ ਬਾਅਦ ਮਲਕੇ ਵਿੱਚ ਹੋਇਆ, ਫਿਰ ਭਗਤੇ ਗੁਰੂ ਸਰ ਭਗਤੇ ਹੋਇਆ, ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਦੁਨੀਆਂ ਦੇ ਸਾਹਮਣੇ ਆ।
ਪਰ ਜਿਹੜਾ ਦੋਸ਼ੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਉਹਦੀ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰਨ ਉਹਨੂੰ ਉਹਦੀ ਮਦਦ ਕਰਨ ਵਾਸਤੇ, ਫਿਰ ਉਹਦੀ ਪੁਸ਼ਤ ਪਨਾਈ ਵਾਸਤੇ, ਫਿਰ ਆਈ ਜੀ ਖੱਟੜਾ ਸਾਹਿਬ ਤੇ ਇਸ ਗੱਲ ਦਾ ਦਬਾਅ ਪਾਇਆ ਜਾਵੇ ਕਿ ਤੁਸੀਂ ਇਸਦੇ ਨਾਮ ਨੂੰ ਵਿੱਚ ਸ਼ਾਮਿਲ ਨਾ ਕਰੋ ਐਫ ਆਈ ਆਰ ਦੇ। ਤੇ ਇਹਨਾਂ ਸਾਰਾ ਜੋ ਵੀ ਘਟਨਾਕ੍ਰਮ ਹੋਇਆ ਇਸ ਤੋਂ ਇਹ ਸਾਫ ਦਿਸਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਿੱਖ ਪਰੰਪਰਾ ਦਾ, ਸਿੱਖ ਅਸੂਲਾਂ ਦਾ, ਸਿੱਖ ਸਿਧਾਂਤ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ, ਜਾਂ ਉਹਨਾਂ ਨੂੰ ਸਮਝ ਨਹੀਂ। ਤੇ ਜਿਹੜਾ ਆਪਣੇ ਆਪ ਨੂੰ ਆਖੇ ਕਿ ਮੈਂ ਬਾਬਾ ਆ ਇੱਧਰਲਾ, ਤੁਹਾਡਾ ਬਾਬਾ ਉਧਰ ਆ, ਤੁਸੀਂ ਇਹ ਦੱਸੋ ਕਿ ਆਪਣੇ ਆਪ ਨੂੰ ਬਾਬਾ ਆਖੇ ਕਿੱਡਾ ਉਹਦੇ ਵਿੱਚ ਹੰਕਾਰ, ਕਿੱਡੀ ਆਕੜ ਆ। ਬਾਬਾ ਖੜਕ ਸਿੰਘ ਹੋਇਆ ਸਿੱਖ ਪੰਥ ਦੇ ਬਹੁਤ ਮਹਾਨ ਲੀਡਰ ਸੀਗੇ। ਜੇ ਆਪਾਂ ਰਾਜਨੀਤਿਕ ਖੇਤਰ ਵਿੱਚ ਗੱਲ ਕਰੀਏ, ਚਲੋ ਧਾਰਮਿਕ ਖੇਤਰ ਵਿੱਚ ਵੀ ਬਹੁਤ ਵੱਡੇ ਵੱਡੇ ਮਹਾਂਪੁਰਸ਼ ਹੋਏ ਜਿਹਨਾਂ ਨੂੰ ਬਾਬਾ ਆਖਿਆ ਗਿਆ, ਪਰ ਪ੍ਰਦੀਪ ਕਲੇਰ ਦੇ ਕਹਿਣ ਦੇ ਮੁਤਾਬਕ ਇਹ ਜੇ ਵੀ ਬੇਅਦਬੀਆਂ ਨੂੰ ਲੈ ਕੇ ਹੋਇਆ ਜਾਂ ਡੇਰੇ ਸਰਸੇ ਦੀਆਂ ਵੋਟਾਂ ਖਾਤਰ ਇੰਨਾ ਨੀਵਾਂ ਝੁਕਣਾ ਪੈ ਗਿਆ ਅਕਾਲੀ ਲੀਡਰਸ਼ਿਪ ਨੂੰ, ਉਹ ਬੇਹੱਦ ਨਿੰਦਣੀ ਹੋ ਗਿਆ। ਫਿਰ ਅਗਰ ਅਕਾਲੀ ਦਲ ਦਾ ਪ੍ਰਧਾਨ ਇਹ ਕਰੇ ਤੇ ਕੌਮ ਤੋਂ ਕੀ ਆਪਾਂ, ਕੌਮ ਦਾ ਕੀ ਉਹਤੇ ਵਿਸ਼ਵਾਸ ਰਹੂਗਾ? ਦਿਨ ਬ ਦਿਨ ਅਕਾਲੀ ਦਲ ਤੇ ਵਿਸ਼ਵਾਸ ਟੁੱਟ ਗਿਆ ਕੌਮ ਦਾ, ਉਹ ਆਪਾਂ ਦੇਖ ਹੀ ਲਿਆ ਸਾਰਿਆਂ ਨੇ। ਤੇ ਅੱਜ ਸਮਾਂ ਮੰਗ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ ਇੱਕ ਤਾਂ ਜਵਾਬ ਦੇਵੇ ਤੇ ਨਾਲ ਜੋ ਪੰਥ ਦੀ ਪਰੰਪਰਾ ਹੈ, ਅਗਰ ਆਪਾਂ ਕਿਸੇ ਵਿਅਕਤੀ ਨੂੰ ਜਿਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਆ ਅਕਾਲ ਤਖ਼ਤ ਸਾਹਿਬ ਵੱਲੋਂ, ਅਗਰ ਜੇ ਆਪਾਂ ਉਹਦੇ ਨਾਲ ਕੋਈ ਸੰਬੰਧ ਬਣਾਉਂਦੇ ਆ, ਜੋੜਦੇ ਆ, ਤੇ ਉਹ ਵੀ ਇੱਕ ਤਰ੍ਹਾਂ ਦਾ ਤਨਖਾਹੀਆ ਹੁੰਦਾ। ਤੇ ਤੁਸੀਂ ਸਾਰੇ ਲੋਕਾਂ ਨੂੰ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਠੀਕ ਹੈ, ਅਸੀਂ ਅਕਾਲੀ ਦਲ ਦੇ ਮੈਂਬਰ ਸੀਗੇ, ਅੱਜ ਵੀ ਹੈਗੇ ਆ, ਲੇਕਿਨ ਅਕਾਲੀ ਦਲ ਦਾ ਪ੍ਰਧਾਨ ਏਦਾਂ ਦੀ ਹਰਕਤਾਂ ਕਰੇ ਤੇ ਫਿਰ ਕੌਮ ਦਾ ਕੀ ਅਸਰ ਹੋਊਗਾ, ਇਹ ਆਪਣੇ ਸਾਰਿਆਂ ਦੇ ਸਾਹਮਣੇ ਆ। ਇਸ ਲਈ ਉਹਨਾਂ ਦੀ ਜ਼ਰੂਰਤ ਪਈ ਬੇਅਦਬੀਆਂ ਕਰਨ ਵਾਸਤੇ, ਇਸ ਲਈ ਉਹਨਾਂ ਦੇ ਉਹਨਾਂ ਨੂੰ ਹੌਸਲਾ ਮਿਲਿਆ ਕਿ ਆਪਾਂ ਉਹਨਾਂ ਦੀ ਪੁਸ਼ਤ ਪਨਾਈ ਕੀਤੀ, ਮਦਦ ਕੀਤੀ, ਉਹਨਾਂ ਨਾਲ ਗੱਲਬਾਤ ਕਰਦੇ ਰਹੇ। ਲੇਕਿਨ ਅਗਰ ਸਿਆਣੇ ਲੀਡਰ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ, ਜਿਨ੍ਹਾਂ ਦੀ ਸਲਾਹ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਨਦੇ, ਤੇ ਅੱਜ ਇਹ ਸ਼ਾਇਦ ਹਾਲਾਤ ਨਾ ਦੇਖਣੇ ਪੈਂਦੇ। ਫਿਰ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਹੋਰ ਗੱਲ ਬਹੁਤ ਵੱਡੀ ਆਖੀ ਕਿ ਜਿਹੜੀ ਚਿੱਠੀ ਲਿਖੀ ਗਈ ਸੀ, ਪਹਿਲਾਂ ਹਿੰਦੀ ਵਿੱਚ ਚਿੱਠੀ ਆਈ, ਫਿਰ ਉਹਦਾ ਤਰਜਮਾ ਉਹਨੂੰ ਟਰਾਂਸਲੇਟ ਕੀਤਾ ਗਿਆ ਪੰਜਾਬੀ ਵਿੱਚ, ਉਹਦੇ ਵਿੱਚ ਥੋੜੀ ਜਗ੍ਹਾ ਸੀਗੀ, ਤੇ ਉਹਦੇ ਵਿੱਚ ਜਿਹੜਾ ਸ਼ਬਦ ਵਿੱਚ ਐਡ ਕੀਤਾ ਗਿਆ, ਪਾਇਆ ਗਿਆ,
ਖਿਮਾ ਜਾਚਨਾ ਕਰਦਾ ਹਾਂ। ਉਹ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਉਸ ਸਮੇਂ ਲੀਡਰ ਸਨ, ਇਹ ਸਾਰੇ ਮਾਫ਼ੀਨਾਮੇ ਦੇ ਘਟਨਾਕ੍ਰਮ ਵਿੱਚ ਇਸ ਕਹਿ ਲਓ ਇਹ ਤਾਂ ਸ਼ਡਿਅੰਤਰ ਹੀ ਕਹਿ ਸਕਦੇ, ਹੁਣ ਸਾਜਿਸ਼ ਕਹਿ ਸਕਦੇ ਹਾਂ, ਸਿੱਖ ਕੌਮ ਨਾਲ ਹੋਈ ਉਹ ਸੀਗੇ ਡਾਕਟਰ ਚੀਮਾ। ਤੇ ਜੇ ਆਪਾਂ ਜੋ ਪੰਜਾਬੀ ਵਿੱਚ ਜਿਵੇਂ ਉਹ ਅੱਖਰ ਲਿਖੇ ਗਏ ਨੇ, ਜੇ ਆਪਾਂ ਉਹਦੀ ਹੈਂਡ ਰਾਈਟਿੰਗ ਐਕਸਪਰਟ ਤੋਂ ਜੇ ਕੋਈ ਉਹਦਾ ਆਪਾਂ ਫੋਰੈਂਸਿਕ ਤਰੀਕੇ ਨਾਲ ਕਰਾਉਣਾ ਹੋਵੇ ਤੇ ਉਹ ਵੀ ਆਪਾਂ ਨੂੰ ਇਹ ਜਿਹੜੀ ਗੱਲ ਸਾਬਤ ਹੋ ਸਕਦੀ ਹੈ। ਤੁਸੀਂ ਹੈਰਾਨ ਹੋਵੋਗੇ, ਜਾਲਸਾਜ਼ੀ ਤੇ ਧੋਖਾਧੜੀ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿੱਚ ਰੱਖ ਕੇ ਤੇ ਸਿੰਘ ਸਾਹਿਬਾਨਾਂ ਤੇ ਦਬਾਅ ਪਾ ਕੇ ਇਹ ਜਿਹੜੀ ਮਾਫ਼ੀ ਦਵਾਈ ਗਈ। ਜਦ ਡੇਰੇ ਵਾਲੇ ਸਾਹਿਬ ਨੇ ਕਹਿਤਾ ਕਿ ਮੈਂ ਤਾਂ ਮਾਫ਼ੀ ਮੰਗੀ ਨੀ, ਮੈਂ ਤਾਂ ਖਿਮਾ ਜਾਚਨਾ ਕੀਤੀ ਨੀ, ਫਿਰ ਦੱਸੋ ਸਿੱਖ ਕੌਮ ਕਿੱਥੇ ਖੜੀ ਆ। ਉਹ ਕਹਿੰਦਾ ਮੈਂ ਮੰਗੀ ਨੀ ਤੇ ਇਹਨਾਂ ਨੇ ਮਾਫ਼ੀ ਦੇ ਦਿੱਤੀ, ਦਵਾਤੀ ਦਬਾਅ ਪਾ ਕੇ ਉਹਦੇ ਚ ਜਾਲੀ ਤਰੀਕੇ ਦੇ ਨਾਲ ਉਹਦੇ ਵਿੱਚ ਜਾਲਸਾਜ਼ੀ ਦੇ ਢੰਗ ਦੇ ਨਾਲ ਉਹਦੇ ਵਿੱਚ ਉਹ ਲਫ਼ਜ਼ ਪਾਏ ਗਏ, ਜਿਹੜਾ ਕਿ ਉਹਨਾਂ ਨੇ ਮੁੜ ਕੇ ਉਸ ਗੱਲ ਤੋਂ ਇਨਕਾਰ ਕਰਤਾ। ਡੇਰਾ ਸਰਸਾ ਦੇ ਜਿਹੜੇ ਪੈਰੋਕਾਰਾਂ ਨੇ, ਤੇ ਫਿਰ ਦੱਸੋ ਤੁਸੀਂ ਸਿੰਘ ਸਾਹਿਬਾਨਾਂ ਨੂੰ ਵੀ ਨੇੜੇ ਚ ਰੱਖ ਕੇ ਤੁਸੀਂ ਏਡਾ ਵੱਡਾ ਬੱਜਰ ਗੁਨਾਹ ਕੀਤਾ, ਤੇ ਫਿਰ ਕੌਮ ਕਿਵੇਂ ਤੁਹਾਨੂੰ ਮਾਫ਼ ਕਰ ਦੂਗੀ। ਇਹ ਜਿਹੜੇ ਪ੍ਰਦੀਪ ਕਲੇਰ ਵੱਲੋਂ ਜਿਹੜੇ ਇਹ ਬਹੁਤ ਸਨਸਨੀ ਖੇਜ ਤੇ ਬੜੇ ਗੰਭੀਰ ਖੁਲਾਸੇ ਕੀਤੇ ਗਏ ਨੇ, ਇਹਨਾਂ ਦੇ ਨਾਲ ਸਿੱਖ ਪੰਥ ਦੇ ਵਿੱਚ ਬਹੁਤ ਦਰਦ ਆ। ਸਿੱਖ ਪੰਥ ਇਸ ਗੱਲ ਲਈ ਬਹੁਤ ਚਿੰਤਤ ਆ ਕਿ ਸਾਡੀ ਲੀਡਰਸ਼ਿਪ ਕਿੱਥੇ ਚਲ ਗਈ, ਸਾਡੇ ਲੀਡਰ ਕੀ ਕਰ ਰਹੇ ਨੇ। ਅੱਜ ਸਮਾਂ ਮੰਗ ਕਰਦਾ ਕਿ ਲੋਕ ਚਾਹੁੰਦੇ ਨੇ, ਸਾਰੇ ਪੰਥ ਦਰਦੀ ਚਾਹੁੰਦੇ ਆ ਕਿ ਸਿੱਖਾਂ ਦੀ ਲੀਡਰਸ਼ਿਪ ਹੋਵੇ ਜਿਹੜੀ ਇਮਾਨਦਾਰੀ ਨਾਲ ਕੰਮ ਕਰੇ, ਸੁਹਿਰਦ ਹੋਵੇ, ਨੇਕ ਹੋਵੇ, ਜਿਹੜੀ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਸਿਧਾਂਤ ਤੇ ਅਸੂਲਾਂ ਤੇ ਪੂਰਾ ਪਹਿਰਾ ਦੇ ਸਕੇ, ਉਸ ਤਰੀਕੇ ਨਾਲ ਚੱਲੇ, ਉਹਨਾਂ ਲੀਡਰਾਂ ਦੀ ਅੱਜ ਮੰਗ ਕਰ ਰਹੀ ਆ ਸਿੱਖ ਕੌਮ। ਇਹ ਜਿਹੜੇ ਲੀਡਰ ਨੇ, ਇਹ ਜਿਹੜੀ ਜੁੰਡਲੀ ਆ, ਇਹਨਾਂ ਨੂੰ ਲੋਕਾਂ ਨੇ ਨਕਾਰਤਾ ਤੇ ਇਹਨਾਂ ਤੇ ਵਿਸ਼ਵਾਸ ਲੋਕਾਂ ਦਾ ਬਿਲਕੁਲ ਖਤਮ ਹੋ ਗਿਆ। ਵੋਟਾਂ ਸਾਨੂੰ ਕਿਉਂ ਨੀ ਲੋਕ ਪਾਉਣੇ, ਕਰਕੇ ਲੋਕਾਂ ਨੂੰ ਪਤਾ ਸੀ ਸਾਰਾ ਜੋ ਹੋ ਰਿਹਾ, ਠੀਕ ਹੈ ਉਹ ਗੱਲਾਂ ਸਾਹਮਣੇ ਨਹੀਂ ਆਈਆਂ ਆਪਣੇ ਸਾਰਿਆਂ ਦੇ ਸਾਹਮਣੇ, ਪੰਜਾਬ ਦੇ ਸਾਹਮਣੇ, ਜੋ ਅੱਜ ਪ੍ਰਦੀਪ ਕਲੇਰ ਕਹਿ ਕੇ ਗਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕਿੰਨੀ ਵਾਰੀ ਮਿਲੇ ਡੇਰੇ ਮੁਖੀ ਨੂੰ, ਅੱਗੇ ਤਾਂ ਕਿਸੇ ਨੂੰ ਪਤਾ ਨੀ ਇਸ ਗੱਲ ਬਾਰੇ। ਹੁਣ ਜਦ ਏਡੇ ਵੱਡੇ ਇਲਜ਼ਾਮ ਲੱਗਦੇ ਆ ਤੇ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋ ਵੀ ਇਹ ਕੇਸ ਗਿਆ, ਜਿਹੜੀ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਆ, ਸਾਰਾ ਸਿੱਖ ਜਗਤ ਇਸ ਗੱਲ ਦੀ ਆਸ ਕਰਦਾ ਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਿੰਘ ਸਾਹਿਬਾਨ ਸਿੱਖ ਪਰੰਪਰਾਵਾਂ ਦੇ ਮੁਤਾਬਕ, ਸਿੱਖ ਅਸੂਲਾਂ ਨੂੰ ਮੁੱਖ ਰੱਖਦੇ ਹੋਏ, ਸਿਧਾਂਤ ਤੇ ਪਹਿਰਾ ਦਿੰਦੇ ਹੋਏ, ਉਹ ਜਿਹੜੀ ਸਰਵਉੱਚ ਸੰਸਥਾ ਆ ਅਕਾਲ ਤਖ਼ਤ ਸਾਹਿਬ, ਜਿਸ ਨੂੰ ਸਾਰਾ ਸਿੱਖ ਜਗਤ ਮੰਨਦਾ ਆ, ਉਹ ਸਿੰਘ ਸਾਹਿਬਾਨ ਫੈਸਲਾ ਉਹ ਦੇਣ ਜਿਹੜਾ ਸਾਰੀ ਕੌਮ ਨੂੰ ਪ੍ਰਵਾਨ ਹੋਵੇ। ਤੇ ਏਡੇ ਬਜ਼ੁਰ ਗੁਨਾਹ, ਏਡੀਆਂ ਵੱਡੀਆਂ ਗਲਤੀਆਂ, ਇੰਨੀ ਪੁਸ਼ਤ ਪਨਾਈ ਅਸੀਂ ਉਹਨਾਂ ਡੇਰੇ ਵਾਲਿਆਂ ਨੇ ਕੀਤੀ, ਵੋਟਾਂ ਪਤਾ ਨੀ ਕਿਹਨੇ ਪਾਈਆਂ ਕਿਹਨੇ ਨਹੀਂ ਪਾਈਆਂ। ਦੇਖੋ ਵੋਟਾਂ ਵੱਖਰੀਆਂ ਨੇ, ਵੋਟ ਇੱਕ ਪਾਸੇ ਆ, ਧਰਮ ਇੱਕ ਪਾਸੇ ਆ। ਜੇ ਆਪਾਂ ਧਰਮ ਨੂੰ ਛਿੱਕੇ ਟੰਗ ਕੇ, ਅਸੂਲ ਛੱਡ ਕੇ, ਸਿਧਾਂਤ ਦੀ ਪ੍ਰਵਾਹ ਨਾ ਕਰਦੇ ਹੋਏ
ਤੇ ਸਿਰਫ ਅਸੀਂ ਵੋਟਾਂ ਦੀ ਖਾਤਰ ਅਸੀਂ ਬਾਰ ਬਾਰ ਏਡੇ ਬਜਰ ਗੁਨਾਹ ਕਰੀਏ ਤੇ ਸੋਚੀਏ ਵੀ ਕਦੀ ਇਹ ਕਿਸੇ ਨੂੰ ਪਤਾ ਨਹੀਂ ਲੱਗਣਾ, ਏਦਾਂ ਨਹੀਂ ਹੋ ਸਕਦਾ। ਤੇ ਫਿਰ ਅਸੀਂ ਅੱਜ ਕਵਾਂਗੇ ਕਿ ਅਸੀਂ ਬਜ਼ੁਰਗਾਂ ਤੋਂ ਗੱਲ ਸੁਣੀ, ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਸਿੱਖ ਕੌਮ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਧੋਖਾ ਕੀਤਾ, ਪਾਪ ਕੀਤਾ, ਉਹਨਾਂ ਨੂੰ ਕਦੀ ਮਾਫ਼ ਨਹੀਂ ਕੀਤਾ ਸਿੱਖ ਕੌਮ ਨੇ, ਤੇ ਨਾ ਮਾਫ਼ ਕਰਨਾ ਆ। ਬਹੁਤ ਵਾਰੀ ਅਸੀਂ ਆਖਿਆ ਸੀ ਜਦੋਂ ਇਕੱਠੇ ਕੰਮ ਕਰਦੇ ਸੀਗੇ ਕਿ ਅਕਾਲ ਤਖ਼ਤ ਸਾਹਿਬ ਤੇ ਜਾਓ, ਉੱਥੇ ਜਾ ਕੇ ਖਿਮਾ ਮੰਗੋ, ਆਪਣੇ ਪਾਪਾਂ ਦਾ ਜਿਹੜਾ ਖੁਲਾਸਾ ਕਰਕੇ ਇਸ ਗੱਲ ਨੂੰ ਸਵੀਕਾਰ ਕਰਕੇ ਕਿ ਸਾਡੇ ਤੋਂ ਪਾਪ ਹੋਏ, ਬਜ਼ੁਰਗ ਗੁਨਾਹ ਹੋਏ, ਤੇ ਅਸੀਂ ਇਸ ਗੱਲ ਦੀ ਖਿਮਾ ਮੰਗਦੇ ਹਾਂ ਤੇ ਸਜ਼ਾ ਭੁਗਤਣ ਨੂੰ ਤਿਆਰ ਆ। ਅਗਰ ਉਹ ਪਹਿਲਾਂ ਹੋ ਜਾਂਦਾ ਅੱਜ ਆਪਾਂ ਸਾਰਿਆਂ ਨੂੰ ਸਮਾਂ ਨਹੀਂ ਸੀ ਦੇਖਣਾ ਪੈਣਾ। ਸੋ ਇਹ ਜਿਹੜੀਆਂ ਦੋ ਗੱਲਾਂ, ਜੇ ਦੋ ਵੱਡੇ ਤੱਥ ਸਾਹਮਣੇ ਆਏ ਆ, ਆਈ ਜੀ ਖੱਟੜਾ ਸਾਹਿਬ ਦੀ ਰਿਪੋਰਟ ਤਾਂ ਜੋ ਹੈਗੀ ਹੈਗੀ ਆ, ਉਹ ਤਾਂ ਉਹ ਵੀ ਸਾਰੀ ਪਬਲਿਕ ਦੇ ਡੋਮੇਨ ਚ ਆ ਗਈ ਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਹ ਵੀ ਪਬਲਿਕ ਦੇ ਸਾਹਮਣੇ ਹੈਗੀ ਆ। ਪਰ ਜਿਹੜਾ ਪ੍ਰਦੀਪ ਕਲੇਰ ਕਹਿ ਰਿਹਾ ਕਿ ਇੰਨੀ ਦਫਾ ਸੁਖਬੀਰ ਸਿੰਘ ਬਾਦਲ ਡੇਰਾ ਮੁਖੀ ਨੂੰ ਮਿਲੇ ਆ, ਉਹ ਕੀ ਆਪਣੇ ਗੱਲ ਕਰਕੇ, ਕਿਸ ਗੱਲ ਕਰਕੇ ਮਿਲੇ ਆ, ਕੀ ਗੰਢ ਧੁੱਪ ਕੀਤੀ ਉਹਨਾਂ ਨੇ, ਇਹ ਤਾਂ ਆਪਾਂ ਜਾਣਦੇ ਨੀ ਗੇ। ਪਰ ਜਿਹੜਾ ਤਨਖਾਹੀਆ ਹੋਵੇ, ਮੈਂ ਫਿਰ ਰਿਪੀਟ ਕਰਦਾ, ਉਸ ਤਨਖਾਹੀਏ ਨੂੰ ਅਕਾਲੀ ਦਲ ਦਾ ਪ੍ਰਧਾਨ ਮਿਲੇ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਆਪ ਤਨਖਾਹ ਦੇ ਯੋਗ ਆ। ਸੋ ਇਸ ਗੱਲ ਦਾ ਧਿਆਨ ਸਾਡੇ ਸਾਰੇ ਸਿੰਘ ਸਾਹਿਬਾਨਾਂ ਨੂੰ ਬੜੇ ਬਹੁਤ ਹੀ ਸਹੀ ਤਰੀਕੇ ਨਾਲ ਰੱਖਣਾ ਪੈਣਾ ਆ। ਤੇ ਅਸੀਂ ਸਾਰੇ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਇਸ ਮਸਲੇ ਨੂੰ ਜੋ ਸਿੱਖ ਜਗਤ ਚਾਹੁੰਦਾ ਹੈ ਉਹਦੇ ਮੁਤਾਬਕ ਫੈਸਲਾ ਲੈਣਗੇ ਤੇ ਸਾਰਿਆਂ ਦਾ ਭਰੋਸਾ ਤੇ ਉਸ ਸੰਸਥਾ ਦੀ, ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦੀ ਮਾਨ ਮਰਿਆਦਾ ਹੋਰ ਉੱਚੀ ਹੋਊਗੀ। ਤੇ ਇਹ ਜਿਹੜਾ ਬੜਾ ਦਰਦਨਾਕ ਜਿਹੜਾ ਹੈਗਾ ਸਾਰਾ ਸਿਲਸਿਲਾ ਆ, ਦਰਦਨਾਕ ਘਟਨਾਵਾਂ ਨੇ, ਅੱਜ ਤੱਕ ਵੀ ਸਾਨੂੰ ਇਨਸਾਫ਼ ਨਹੀਂ ਮਿਲ ਸਕਿਆ। ਕਈ ਬੰਦਿਆਂ ਦੇ ਕਤਲ ਹੋ ਗਏ ਜੇਲ੍ਹਾਂ ਚ, ਉਹ ਵੀ ਕਈ ਤਰ੍ਹਾਂ ਦੀ ਸਾਜ਼ਿਸ਼ ਦੀ ਗੱਲ ਆ ਰਹੀ ਆ। ਉਹਨਾਂ ਲੋਕਾਂ ਨੇ ਕਈ ਖੁਲਾਸੇ ਕਰ ਸਕਦੇ ਸੀਗੇ ਜਿਨ੍ਹਾਂ ਦੀ ਆਵਾਜ਼ ਦਬਾ ਦਿੱਤੀ ਗਈ। ਇਹ ਤਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਕਰਦੀ ਆ ਆਪਣੇ ਪੁਲਿਸ ਦੀ ਟੀਮ, ਉਹੀ ਇਸ ਗੱਲ ਬਾਰੇ ਜਿਹੜਾ ਪੜਤਾਲ ਕਰ ਸਕਦੀ ਹੈ ਜਾਂ ਇਨਕੁਆਇਰੀ ਕਰ ਸਕਦੀ ਹੈ। ਪਰ ਇਹ ਵੀ ਲੋਕਾਂ ਦੇ ਮਨਾਂ 'ਚ ਇਸ ਗੱਲ ਦੀ ਸ਼ੰਕਾ ਆ ਕਿ ਜੋ ਗਵਾਹ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਜਾਂ ਜਿਹੜੇ ਸ਼ਾਮਿਲ ਸੀਗੇ ਉਹਨਾਂ ਦਾ ਜੇਲ੍ਹ ਵਿੱਚ ਮਰਡਰ ਹੋਇਆ, ਇਹਦੇ ਪਿੱਛੇ ਵੀ ਕਿਹੜੀ ਸਾਜ਼ਿਸ਼ ਹੈਗੀ ਆ। ਸੋ ਇਸ ਲਈ ਅਸੀਂ ਅੱਜ ਸਾਰੇ ਆਪਣੀ ਕੌਮ ਨੂੰ, ਪੰਥ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਸੀ, ਇਸ ਗੱਲ ਨੂੰ ਲੈ ਕੇ ਕੀਤੀ ਸੀਗੀ। ਜਦ ਇੰਨਾ ਸਮਾਂ ਅਸੀਂ ਨਿਗਾ ਲਿਆ, ਦੇਖ ਲਿਆ, ਨਹੀਂ ਕੋਈ ਪਾਰਟੀ ਦੇ ਕੰਮਕਾਜ ਵਿੱਚ ਸੁਧਾਰ ਆਇਆ, ਜਾਂ ਨਹੀਂ ਉਹਨਾਂ ਨੇ ਸਾਡੀ ਗੱਲ ਮੰਨੀ। ਜਿਹੜੀ ਚੂੰਡਾ ਕਮੇਟੀ ਦੀ ਰਿਪੋਰਟ ਆਖਦੀ ਆ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ, ਅਕਾਲ ਤਖ਼ਤ ਸਾਹਿਬ ਤੇ ਜਾ ਕੇ ਤੁਸੀਂ ਮਾਫ਼ੀ ਮੰਗੋ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਆ ਚੂੰਡਾ ਕਮੇਟੀ ਰਿਪੋਰਟ ਵਿੱਚ। ਉਹਨਾਂ ਵਿੱਚ ਇੱਕ ਵੀ ਗੱਲ ਉਹਨਾਂ ਨੇ ਅੱਜ ਤੱਕ ਨਹੀਂ ਲਾਗੂ ਕੀਤੀ, ਨਹੀਂ ਮੰਨੀ। ਉਹ ਰਿਪੋਰਟ ਸੀਗੀ ਸਾਰੇ ਵਰਕਰਾਂ ਦੀ, ਸਾਰੇ ਆਪਣੇ ਲੀਡਰਸ ਦੀ, ਜਿਹੜੇ ਸਾਡੇ ਰੀੜ ਦੀ ਹੱਡੀ ਨੇ, ਜਿਹੜੇ ਸਪੋਰਟਰ ਨੇ, ਉਹਨਾਂ ਦੀ ਰਿਪੋਰਟ ਸੀਗੀ। ਤੇ ਜੇ ਉਹ ਵੀ ਨਹੀਂ ਲਾਗੂ ਕਰ ਸਕਦੇ ਆਪਾਂ, ਤੇ ਸਾਡੇ ਨਾਲ ਲੋਕਾਂ ਨੇ ਕਦੀ ਦੁਬਾਰਾ
ਸਾਡੇ ਤੇ ਵਿਸ਼ਵਾਸ ਨਹੀਂ ਕਰਨਾ ਤੇ ਉਹ ਜਿਹੜਾ ਵਿਸ਼ਵਾਸ ਟੁੱਟ ਗਿਆ ਉਹਨੂੰ ਕਾਇਮ ਕਰਨ ਵਾਸਤੇ ਅਸੀਂ ਇਹ ਜਿਹੜੀ ਸੁਧਾਰ ਲਹਿਰ ਆਪਣੇ ਸ਼ੁਰੂ ਕੀਤੀ ਆ। ਅੱਜ ਅਸੀਂ ਪਹਿਲਾ ਪ੍ਰੋਗਰਾਮ ਕਰਕੇ ਆਏ ਆ ਜਨਰਲ ਮੋਹਨ ਸਿੰਘ ਧੁਰ ਜੀ ਦੀ ਬਰਸੀ ਦਾ ਤੇ ਉੱਥੇ ਬਹੁਤ ਉਤਸ਼ਾਹ ਸੀ ਸਾਰੀ ਸੰਗਤਾਂ ਚ ਤੇ ਪੰਥ ਦੇ ਵੱਖਰੇ ਵੱਖਰੇ ਆਪਣੇ ਉੱਥੇ ਨੁਮਾਇੰਦੇ ਆਏ, ਧਾਰਮਿਕ ਸਿੱਖਿਅਤਾਂ ਆਈਆਂ, ਰਾਜਸੀ ਲੋਕ ਵੀ ਆਏ ਜਿਨ੍ਹਾਂ ਨੇ ਇਸ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਭ ਨੇ ਆਖਿਆ ਕਿ ਸਾਰਾ ਸਿੱਖ ਪੰਥ ਇਕੱਠਾ ਹੋਣਾ ਚਾਹੀਦਾ, ਇੱਕ ਝੰਡੇ ਥੱਲੇ ਏਕਤਾ ਹੋਣੀ ਚਾਹੀਦੀ ਆ ਸਿੱਖ ਪੰਥ ਵਿੱਚ।